ਨਾਭਾ 'ਚ ਇੱਕ ਪੱਤਰਕਾਰ ਨੂੰ ਆਪਣਾ ਭਾਂਜਿਆਂ ਨਾਲ ਛੇੜਛਾੜ ਕਰਨ ਵਾਲੇ ਨੌਜਵਾਨ ਦੀ ਸ਼ਿਕਾਇਤ ਉਸਦੇ ਘਰ ਕਰਨਾ ਭਾਰੀ ਪੈ ਗਿਆ ਕਿ ਨੌਜਵਾਨ ਨੇ ਆਪਣੇ ਪਿਤਾ ਸਣੇ ਪੱਤਰਕਾਰ ਦੇ ਲੋਹੇ ਦੀ ਰੋਡ ਨਾਲ ਹਮਲਾ ਕਰਕੇ ਗੰਭੀਰ ਤੌਰ 'ਤੇ ਜ਼ਖਮੀ ਕਰ ਦਿੱਤਾ। ਇਸ ਨੂੰ ਪਟਿਆਲਾ ਰੈਫਰ ਕੀਤਾ ਗਿਆ। ਜ਼ਖਮੀ ਜਤਿੰਦਰ ਸ਼ਰਮਾ ਇੱਕ ਨਿੱਜੀ ਅਖਬਾਰ ਦਾ ਪੱਤਰਕਾਰ ਹੈ। ਇਹ ਉਲਟਾ ਉਹਨਾਂ ਦੇ ਘਰੇ ਜਾ ਕੇ ਲਾਂਭਾ ਦੇਣ ਗਏ ਸੀਗੇ ਵੀ ਤੁਸੀਂ ਸਾਡੇ ਮੁੰਡੇ ਨੂੰ ਕਿਉਂ ਕੁੱਟਿਆ। ਮਾਂ ਉਹਦੀ ਰਸਤੇ 'ਚ ਖੜੀ ਸੀ, ਮਾਂ ਥੱਪੜ ਤਾਂ ਮੈਂ ਲਾਉਣੇ ਸੀ ਉਹਦੇ, ਤੁਸੀਂ ਉਹਦੇ ਘਰੇ ਗਏ ਹੋ, ਮਾਂ ਥੱਪੜ ਤਾਂ ਮੈਂ ਲਾਉਣੇ ਸੀ, ਮੇਰੀਆਂ ਭਾਂਜੀਆਂ ਹੀ ਵਿੱਚ ਸੀਗੀਆਂ ਅਤੇ ਮੈਂ ਉਹਦੇ ਨਾਲ ਗੱਲ ਕਰ ਲਿਆ। ਪਿੱਛੋਂ ਮੁੰਡਾ ਆਇਆ, ਮੁੰਡੇ 'ਤੇ ਥੱਪੜ ਪਏ ਹੋਏ ਸੀ, ਉਹਨੂੰ ਆਪਣੀ ਖਹਿ ਵਜੇ ਸੀ। ਇਹਨਾਂ ਦੇ ਨਹੀਂ ਨਹੀਂ ਇਹਨਾਂ ਦੇ ਘਰ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਹੋਈ ਆ, ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਇਹਨਾਂ ਦੀ ਲੜਾਈ ਹੋਈ ਆ, ਜੇ ਤਾਂ ਬਰਾਬਰ ਸੱਟਾ ਵੀ ਹੁਣ ਇਹ ਨਹੀਂ ਮੈਨੂੰ ਪਤਾ, ਸਾਨੂੰ ਨਹੀਂ ਪਤਾ ਜਦ ਤੱਕ ਮੇਰੀ। ਹਾਂਜੀ ਫਿਰ ਠੀਕ ਹੈ, ਜਿਸ ਤਰ੍ਹਾਂ ਸਰ ਜਿਹੜਾ ਬੰਦਾ ਐਡਮਿਟਿਡ ਹੈ ਉਹ ਜਦੋਂ ਵੀ ਬਿਆਨ ਦਊਗਾ ਉਹਦੇ ਅਕੋਰਡਿੰਗ ਕਾਰਵਾਈ ਕਰਨਾ।